ਸ਼੍ਰੀਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ। ਰਾਖੀ ਸਾਵੰਤ ਦੇ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਰਾਖੀ ਸਾਵੰਤ ਦੇ ਫੈਨਸ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕੀ ਹੋਇਆ ਹੈ ਰਾਖੀ ਸਾਵੰਤ ਨੂੰ? ਅਜਿਹਾ ਕੀ ਹੋ ਗਿਆ? ਕਿਹੜੀ ਖਬਰ ਸਾਹਮਣੇ ਆ ਗਈ ਕਿ ਰਾਖੀ ਸਾਵੰਤ ਦੇ ਫੈਨਸ ਇਸ ਵੇਲੇ ਦੁੱਖ ਦੇ ਵਿੱਚ ਨਜ਼ਰ ਆ ਰਹੇ ਨੇ? ਇੱਕ ਪਾਸੇ ਰਾਖੀ ਸਾਵੰਤ ਦੇ ਲਈ ਦੁਆ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਹੀ ਰਾਖੀ ਸਾਵੰਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਉਰਫੀ ਜਾਵੇਦ ਤੋਂ ਬਾਅਦ ਅਜਿਹੀਆਂ ਵੀਡੀਓਜ਼ ਰਾਖੀ ਸਾਵੰਤ ਦੀਆਂ ਵੇਖਣ ਨੂੰ ਮਿਲਦੀਆਂ ਹੈ, ਜਿਸ ਦੇ ਵਿੱਚ ਰਾਖੀ ਸਾਵੰਤ ਅਕਸਰ ਹੀ ਮਸਤੀ ਕਰਦੇ ਹੋਏ ਨਜ਼ਰ ਆਉਂਦੀ ਹੈ। ਉਹਨਾਂ ਵੀਡੀਓਜ਼ ਤੋਂ ਬਾਅਦ ਹਾਲ ਹੀ ਦੇ ਵਿੱਚ ਰਾਖੀ ਸਾਵੰਤ ਦੀਆਂ ਕੁਝ ਅਜਿਹੀਆਂ ਫੋਟੋਜ਼ ਤੇ ਵੀਡੀਓਜ਼ ਸਾਹਮਣੇ ਆਈਆਂ ਨੇ, ਜਿਸਨੂੰ ਦੇਖਣ ਤੋਂ ਬਾਅਦ ਰਾਖੀ ਸਾਵੰਤ ਦੇ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਉਸਦੇ ਲਈ ਦੁਆ ਮੰਗੀ ਜਾ ਰਹੀ ਹੈ। ਪੂਰੀ ਖਬਰ ਕੀ ਹੈ ਕਿ ਅਜਿਹਾ ਰਾਖੀ ਸਾਵੰਤ ਦੇ ਨਾਲ ਹੋ ਗਿਆ ਕਿ ਉਹਨਾਂ ਦੇ ਫੈਨਸ ਇਸ ਵੇਲੇ ਦੁੱਖ ਦੇ ਵਿੱਚ ਨੇ? ਪੂਰੀ ਖਬਰ ਕੀ ਆ ਉਹ ਤੁਹਾਨੂੰ ਦੱਸਦੇ ਹਾਂ। ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਰਾਖੀ ਸਾਵੰਤ ਦੀ ਸਿਹਤ ਵਿਗੜ ਗਈ ਹੈ ਅਤੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਾਖੀ ਸਾਵੰਤ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਹਨਾਂ ਦੀ ਸਿਹਤ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਨੇ। ਹਾਰਟ ਦੀ ਗੰਭੀਰ ਬਿਮਾਰੀ ਤੋਂ ਜੂਝ ਰਹੀ ਰਾਖੀ ਸਾਵੰਤ ਐਮਰਜੈਂਸੀ ਦੇ ਵਿੱਚ ਹਸਪਤਾਲ 'ਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ। ਰਾਖੀ ਸਾਵੰਤ ਦੀਆਂ ਜੋ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਉਹਨਾਂ ਵਿੱਚ ਉਹ ਹਸਪਤਾਲ ਦੇ ਬੈੱਡ ਤੇ ਦੇਖੀ ਜਾ ਸਕਦੀ ਹੈ ਤੇ ਕਿਸ ਤਰੀਕੇ ਦੇ ਨਾਲ ਰਾਖੀ ਸਾਵੰਤ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ, ਉਹ ਵੀ ਇਹਨਾਂ ਤਸਵੀਰਾਂ ਤੋਂ, ਇਹਨਾਂ ਵੀਡੀਓਜ਼ ਤੋਂ ਸਾਫ਼ ਪਤਾ ਚੱਲ ਰਿਹਾ ਹੈ। ਇੱਕ ਨਰਸ ਉਸਦੀ ਦੇਖਭਾਲ ਕਰਦੀ ਹੋਈ ਵੀ ਵਿਖਾਈ ਦੇ ਰਹੀ ਹੈ। ਇੱਕ ਨਰਸ ਜੋ ਰਾਖੀ ਸਾਵੰਤ ਦਾ ਟ੍ਰੀਟਮੈਂਟ ਕਰ ਰਹੀ ਹੈ, ਉਹ ਵੀ ਇਸ ਵੀਡੀਓ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ। ਹਾਲਾਂਕਿ ਅੱਜ ਤੱਕ ਉਹਨਾਂ ਦੇ ਪਰਿਵਾਰ ਦੇ ਵੱਲੋਂ, ਉਹਨਾਂ ਦੇ ਸਾਥੀਆਂ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਕੀ ਹੋਇਆ ਹੈ ਰਾਖੀ ਸਾਵੰਤ ਨੂੰ, ਪਰ ਜੋ ਖਬਰ ਸਾਹਮਣੇ ਆਈ ਸੀ ਉਸਦੇ ਵਿੱਚ ਅਜਿਹਾ ਹੀ ਪਤਾ ਚੱਲ ਰਿਹਾ ਹੈ ਕਿ ਰਾਖੀ ਸਾਵੰਤ ਇੱਕ ਹਾਰਟ ਦੀ ਬਿਮਾਰੀ ਤੋਂ ਜੂਝ ਰਹੀ ਹੈ, ਜਿਸ ਕਰਕੇ ਉਹਨੂੰ ਐਮਰਜੈਂਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ, ਪਰ ਅਜਿਹਾ ਪਰਿਵਾਰ ਦੇ ਵੱਲੋਂ, ਉਹਨਾਂ ਦੇ ਸਾਥੀਆਂ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ਤੇ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਰਾਖੀ ਸਾਵੰਤ ਦੇ ਪ੍ਰਸ਼ੰਸਕ ਪਰੇਸ਼ਾਨ ਨੇ, ਜਿੱਥੇ ਇੱਕ ਪਾਸੇ ਇੰਸਟਾਗ੍ਰਾਮ ਤੇ ਉਹਨਾਂ ਦੇ ਠੀਕ ਹੋਣ ਦੀ ਦੁਆ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਰਾਖੀ ਸਾਵੰਤ ਦੀਆਂ ਇਹ ਤਸਵੀਰਾਂ, ਇਹ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ, ਜਿਸ ਦੇ ਵਿੱਚ ਉਹ ਹਸਪਤਾਲ ਤੇ ਬੈੱਡ ਤੇ ਨਜ਼ਰ ਆ ਰਹੀ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਨੇ, ਰਾਖੀ ਸਾਵੰਤ ਨੂੰ ਪਿਆਰ ਕਰਦੇ ਨੇ, ਰਾਖੀ ਸਾਵੰਤ ਦੇ ਜਿਹੜੇ ਫੈਨਸ ਨੇ, ਉਹਨਾਂ ਦੀ ਸਿਹਤ ਲਈ ਦੁਆ ਮੰਗ ਰਹੇ ਨੇ, ਉਹਨਾਂ ਨੂੰ ਜਲਦ ਠੀਕ ਹੋਣ ਲਈ ਦੁਆਵਾਂ ਦੇ ਰਹੇ ਨੇ, ਪਰ ਦੂਜੇ ਪਾਸੇ ਹੀ ਰਾਖੀ ਸਾਵੰਤ ਨੂੰ ਡਰਾਮੇਬਾਜ਼ ਦੱਸਿਆ ਜਾ ਰਿਹਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਰਾਖੀ ਸਾਵੰਤ ਇਹ ਸਿਰਫ ਇੱਕ ਡਰਾਮਾ ਕਰ ਰਹੀ ਹੈ ਸੁਰਖੀਆਂ ਦੇ ਵਿੱਚ ਰਹਿਣ ਦੇ ਲਈ। ਰਾਖੀ ਸਾਵੰਤ ਨੂੰ ਅਜਿਹਾ ਕੁਛ ਨਹੀਂ ਹੋਇਆ। ਇਹ ਵੀਡੀਓਜ਼ ਤੇ ਤਸਵੀਰਾਂ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਹੀ ਰਾਖੀ ਸਾਵੰਤ ਅਜਿਹਾ ਡਰਾਮਾ ਕਰ ਰਹੀ ਹੈ ਜਾਂ ਵਾਕਈ ਹੀ ਰਾਖੀ ਸਾਵੰਤ ਸੱਚੀ ਕੋਈ ਬਿਮਾਰੀ ਦੇ ਨਾਲ ਜੂਝ ਰਹੀ ਹੈ? ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਕਿ ਆਖਿਰ ਤੁਹਾਨੂੰ ਇਹ ਵੀਡੀਓਜ਼ ਤੇ ਫੋਟੋਜ਼ ਦੇਖਣ ਤੋਂ ਬਾਅਦ ਸੱਚਾਈ ਕੀ ਲੱਗ ਰਹੀ ਹੈ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।